ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਵਿੱਚ ਲਗਾਤਾਰ ਕਰਫਿਊ ਜਾਰੀ ਹੈ। ਜੇ ਗੱਲ ਕਰੀਏ ਆਵਾਰਾ ਪਸ਼ੂਆਂ ਦੀ ਤਾਂ ਪੰਜਾਬ ਭਰ ਵਿੱਚ ਆਵਾਰਾ ਪਸ਼ੂ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ, ਜਿਨ੍ਹਾਂ ਦੀ ਸਾਰ ਲਈ ਵਿਰਲੇ ਹੀ ਲੋਕ ਅੱਗੇ ਆ ਰਹੇ ਹਨ। ਜੇ ਗੱਲ ਕਰੀਏ ਨਾਭਾ ਦੀ ਤਾਂ ਨਾਭਾ ਦੇ ਬੀੜ ਦੁਸਾਂਝ ਵਿਖੇ ਹਜ਼ਾਰਾਂ ਦੀ ਤਾਦਾਦ ਵਿੱਚ ਬਾਂਦਰ ਅਤੇ ਗਾਵਾਂ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਇਸ ਮੌਕੇ ਨਾਭਾ ਬਲਾਕ ਦੇ ਪਿੰਡ ਲੁਬਾਣਾ ਦੇ ਨੌਜਵਾਨਾਂ ਨੇ ਇਨ੍ਹਾਂ ਆਵਾਰਾ ਅਤੇ ਬੇਸਹਾਰਾ ਪਸ਼ੂਆਂ ਲਈ ਬ੍ਰੈਡ, ਰੋਟੀਆਂ ਅਤੇ ਹਰਾ ਚਾਰਾ ਪਾ ਕੇ ਆਪਣਾ ਫਰਜ਼ ਨਿਭਾਇਆ। ਇਹ ਜਿਵੇਂ ਕਿ ਕੋਰੋਨਾ ਵਾਇਰਸ ਦੇ ਮਹਾਂਮਾਰੀ ਫੈਲੀ ਵੀ ਹੈ, ਪਿੰਡਾਂ 'ਚ ਤਾਂ ਸਾਰਾ ਕੁਛ ਪਹੁੰਚੀ ਜਾਂਦਾ ਹੈ। ਆਪਣੇ ਜਿਵੇਂ ਸਾਡੇ ਲਵੇ ਇੱਧਰ ਬੀੜ ਪੈ ਰਿਹਾ ਦੁਸਾਂਝ, ਜਿਹੜਾ ਕਿ ਕਾਫੀ ਦੂਰ ਤੱਕ ਫੈਲਿਆ ਹੋਇਆ। ਇੱਥੇ ਕਾਫੀ ਜਾਨਵਰ ਨੇ, ਗਾਇਆਂ, ਮਤਲਬ ਕਿ ਹੋਰ ਡੰਗਰ, ਬਾਂਦਰ, ਜਿਨ੍ਹਾਂ ਨੂੰ ਕਈ ਦਿਨਾਂ ਤੋਂ ਖਾਣ ਨੂੰ ਕੁਛ ਨਹੀਂ ਮਿਲ ਰਿਹਾ। ਇਹਦੇ ਕਰਕੇ ਹੁਣ ਪਿੰਡ ਵਾਲਿਆਂ ਨੇ ਥੋੜ੍ਹਾ ਜਿਹਾ ਉਪਰਾਲਾ ਕੀਤਾ ਵੀ ਕਈ ਦਿਨਾਂ ਤੋਂ ਇਹ ਭੁੱਖੇ ਨੇ, ਇਹਨਾਂ ਨੂੰ ਵੀ ਕੁਛ ਪਾਉਣਾ ਚਾਹੀਦਾ। ਭੁੱਖੇ ਹੋਣ ਕਰਕੇ ਹੁਣ ਇੱਥੋਂ ਲਵਾਣਾ ਕਰਮੂ ਤੋਂ ਲੈ ਕੇ ਆਏ ਨੇ ਬੰਦੇ, ਅਤੇ ਹੋਰ ਪਿੰਡਾਂ ਦੇ ਵੀ ਆ ਰਹੇ ਨੇ। ਹੁਣ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਡੰਗਰਾਂ ਨੂੰ, ਜਿਹੜੇ ਕਈ ਦਿਨਾਂ ਤੋਂ ਭੁੱਖੇ ਨੇ, ਇਹਨਾਂ ਨੂੰ ਹਰਾ ਚਾਰਾ ਪਾ ਕੇ ਇਹਨਾਂ ਦਾ ਢਿੱਡ ਭਰਿਆ ਜਾ ਰਿਹਾ। ਦੇਖੋ ਜੀ, ਹੁਣ ਤੁਹਾਨੂੰ ਪਤਾ ਵੀ 21 ਦਿਨ ਦਾ ਲੋਕਡਾਊਨ ਕਰਿਆ ਸਰਕਾਰ ਨੇ, ਸਾਰੇ ਲੋਕ ਆਪਦੇ ਘਰਾਂ 'ਚ ਬੜੇ ਬੈਠੇ ਨੇ। ਸਰਕਾਰ ਲੋਕਾਂ ਖਾਤਰ ਤਾਂ ਰਾਸ਼ਨ ਪਾਣੀ ਦੇ ਰਹੀ ਹੈ, ਜਿਹੜਾ ਗਰੀਬ ਤਬਕਾ ਹੈ, ਜਿਹੜਾ ਦਿਹਾੜੀ ਨਹੀਂ ਜਾ ਰਿਹਾ, ਪਰ ਜਿਹੜੇ ਜਾਨਵਰ ਨੇ ਬੀੜ 'ਚ ਰਹਿੰਦੇ ਨੇ, ਇਹਨਾਂ ਖਾਤਰ ਸਰਕਾਰ ਵੱਲ ਤਾਂ ਕੋਈ ਉਪਰਾਲਾ ਨਹੀਂ। ਪਿੰਡਾਂ ਵਾਲੇ ਰਲ ਮਿਲ ਕੇ ਅੱਜ ਉਪਰਾਲਾ ਕੀਤਾ, ਇਹ ਜਾਨਵਰ ਭੁੱਖੇ ਮਰ ਰਹੇ ਸੀਗੇ, ਅਤੇ ਇਹਨਾਂ ਖਾਤਰ ਪਿੰਡ 'ਚੋਂ ਤੂੜੀ ਇਕੱਠੀ ਕਰੀ ਗਈ ਅਤੇ ਨੀਰਾ ਚਾਰਾ ਜਾਨਵਰਾਂ ਖਾਤਰ, ਬਾਂਦਰਾਂ ਖਾਤਰ ਬ੍ਰੈਡ, ਰੋਟੀਆਂ ਪਿੰਡ 'ਚੋਂ ਲਿਖਾਈਆਂ ਗਈਆਂ। ਜਿੰਨਾ ਵੀ ਸਮਾਨ ਆਪਾਂ ਪਾ ਸਕਦੇ ਸੀਗੇ ਸਾਰਿਆਂ ਨੇ ਇਕੱਠੇ ਹੋ ਕੇ ਇਹਨੂੰ ਪਾਇਆ, ਵੀ ਤਾਂ ਕਿ ਜਾਨਵਰ ਭੁੱਖੇ ਨਾ ਮਰਨ ਬੀੜ ਵਿੱਚ। ਸਾਡੇ ਨਾਲ ਲੱਗਦਾ ਬੀੜ ਕਾਫੀ ਲੰਬਾ ਹੈ, ਇੱਥੋਂ ਜੇ ਆਪਾਂ ਚੌਧਰੀ ਮਾਜਰੀ ਨੂੰ ਜਾਈਏ ਜਾਂ ਘਣੀਆਲ ਨੂੰ ਜਾਈਏ, ਭੁੱਜ ਮਾਜਰੀ ਤੋਂ ਘੱਟੋ ਘੱਟ 10 ਤੋਂ 15 ਕਿਲੋਮੀਟਰ ਦਾ ਰਸਤਾ ਹੈ। ਇੱਦਾਂ ਹੀ ਗੌਲ ਤੋਂ ਜਿਹੜਾ ਮੱਲੇ ਵਾਲਾ ਬੀੜ ਹੈ, ਉਹ ਵੀ ਕਾਫੀ ਲੰਬਾ ਹੈ। ਇਹ ਦੋਵੇਂ ਪਾਸੇ ਸਾਰੇ ਰਲ ਮਿਲ ਕੇ ਪਿੰਡਾਂ ਨੇ ਇਹਨਾਂ ਨੂੰ ਅੱਜ ਰਾਸ਼ਨ ਪਾਣੀ ਦਾ ਸਾਰਾ ਪ੍ਰਬੰਧ ਕੀਤਾ, ਵਿੱਚ ਬ੍ਰੈਡ ਹੋ ਕੇ, ਰੋਟੀਆਂ ਹੋ ਗਈਆਂ, ਤੂੜੀ ਹਰਾ ਚਾਰਾ ਹੋ ਗਿਆ, ਤਾਂ ਕਿ ਜਾਨਵਰ ਭੁੱਖੇ ਨਾ ਮਰਨ। ਕਿਉਂਕਿ ਜੇ ਜਾਨਵਰ ਭੁੱਖੇ ਮਰਨਗੇ ਇਹਦੇ ਨਾਲ ਲਵੇ ਲਵੇ ਹੋਰ ਵੀ ਮਾਹੌਲ ਖਰਾਬ ਹੋਊਗਾ, ਬੀੜ ਦਾ ਵਾਤਾਵਰਨ ਸਾਰਾ ਖਰਾਬ ਹੋ ਜਾਣਾ, ਅਤੇ ਕਾਫੀ ਮਾੜੀ ਹਾਲਤ ਸੀ ਜਾਨਵਰਾਂ ਦੀ। ਪਿੰਡ ਦੇ ਦੇਖਦੇ ਹੋਏ ਇਹਨਾਂ ਨੂੰ ਖਾਤਰ ਉਪਰਾਲਾ ਕੀਤਾ ਵੀ ਇਹਨਾਂ ਨੂੰ ਭੁੱਖੇ ਨਾ ਰਹਿਣ ਦਿੱਤਾ ਜਾਵੇ। ਇਸੇ ਤਰ੍ਹਾਂ ਕੋਰੋਨਾ ਵਾਇਰਸ ਦੇ ਚੱਲਦਿਆਂ ਬਲਾਚੌਰ ਇਲਾਕੇ ਵਿੱਚ ਵੀ ਆਵਾਰਾ ਪਸ਼ੂ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਆਮ ਦਿਨਾਂ ਅੰਦਰ ਇਹ ਬੇਸਹਾਰਾ ਪਸ਼ੂ ਸਬਜ਼ੀ ਮੰਡੀ ਅਤੇ ਫਲ ਦੀਆਂ ਦੁਕਾਨਾਂ ਅਤੇ ਬੇਕਰੀ ਦੀਆਂ ਦੁਕਾਨਾਂ ਵਾਲਿਆਂ ਵੱਲੋਂ ਸ਼ਾਮ ਵਕਤ ਸੁੱਟੀ ਜਾਣ ਵਾਲੀ ਪਹੀ ਸਬਜ਼ੀ, ਫਲ ਅਤੇ ਹੋਰ ਸਮਾਨ ਖਾ ਕੇ ਢਿੱਡ ਭਰ ਲੈਂਦੇ ਸਨ, ਜਾਂ ਫਿਰ ਦਾਨੀ ਸੱਜਣਾਂ ਵੱਲੋਂ ਸਵੇਰੇ ਸ਼ਾਮ ਪਾਏ ਜਾਣ ਵਾਲੇ ਹਰੇ ਚਾਰੇ 'ਤੇ ਨਿਰਭਰ ਰਹਿੰਦੇ ਸਨ। ਪਰੰਤੂ ਕਰਫਿਊ ਲੱਗਣ ਕਾਰਨ ਸਾਰੇ ਕਾਰੋਬਾਰ ਬੰਦ ਹੋ ਗਏ ਹਨ। ਇਸ ਤੋਂ ਇਲਾਵਾ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਟਹਿਲਦੇ ਬਾਂਦਰਾਂ ਦੇ ਝੁੰਡ ਵੀ ਰਾਹਗੀਰਾਂ ਵੱਲੋਂ ਪਾਏ ਜਾਣ ਵਾਲੇ ਖਾਣ ਪੀਣ ਦੇ ਸਮਾਨ ਤੋਂ ਵਾਂਝੇ ਹੋ ਗਏ ਹਨ। ਕਰਫਿਊ ਕਾਰਨ ਭੱਦੀ ਨੂਰਪੁਰ ਬੇਦੀ ਅਤੇ ਬਲਾਚੌਰ ਕਲਾਰ ਬੁੰਗਾ ਸਾਹਿਬ ਸੜਕ 'ਤੇ ਆਵਾਜਾਈ ਠੱਪ ਹੋਣ ਕਾਰਨ ਬਾਂਦਰਾਂ ਦੇ ਝੁੰਡ ਵੀ ਆਉਣ ਜਾਣ ਵਾਲਿਆਂ ਦੀ ਉਡੀਕ ਵਿੱਚ ਦਿਖਾਈ ਦੇ ਰਹੇ ਹਨ। ਤੇਈ ਤਰੀਕ ਤੋਂ ਜੋ ਕੋਰੋਨਾ ਵਾਇਰਸ ਕਾਰਨ ਅਣਮਿੱਥੇ ਸਮੇਂ ਦਾ ਕਰਫਿਊ ਲੱਗਿਆ, ਕਿਉਂਕਿ ਜਨਜੀਵਨ ਜਿੱਥੇ ਠੱਪ ਹੋ ਕੇ ਰਹਿ ਗਿਆ। ਗਰੀਬ ਲੋਕਾਂ ਨੂੰ 2 ਡਗਰੀ ਰੋਟੀ ਦੇ ਲਾਲੇ ਪੈ ਚੁੱਕੇ ਹਨ ਅਤੇ ਹਰੇਕ ਵਰਗ ਪ੍ਰਭਾਵਿਤ ਹੋ ਗਿਆ, ਜਿਨ੍ਹਾਂ ਵਿੱਚ ਪਸ਼ੂ ਪੰਛੀ ਵੀ ਸ਼ਾਮਿਲ ਹਨ। ਦੇਖਿਆ ਜਾਵੇ ਬੇਸਹਾਰਾ ਗਾਈਆਂ, ਸਾਨ, ਬਲਦ ਵਗੈਰਾ ਜੋ ਸੜਕਾਂ 'ਤੇ ਘੁੰਮ ਕੇ ਅਕਸਰ ਦੁਕਾਨਾਂ ਦੇ ਅੱਗੇ ਖੜ੍ਹ ਕੇ ਕੁਛ ਖਾ ਪੀ ਲੈਂਦੇ ਸੀ, ਉਹ ਵੀ ਹੁਣ ਲਿਫਾਫੇ ਪੜਨ, ਖਾਲੀ ਲਿਫਾਫਿਆਂ ਨੂੰ ਸੁੰਘਣ ਨੂੰ ਮਜਬੂਰ ਹੋ ਗਏ ਹਨ। ਇਸੇ ਤਰ੍ਹਾਂ ਜੀ ਬਲਾਚੌਰ ਦੇ ਕੰਢੀ ਇਲਾਕੇ ਵਿੱਚ ਬਹੁ ਗਿਣਤੀ 'ਚ ਪਹਾੜਾਂ ਵਿੱਚ ਬਾਂਦਰ ਰਹਿੰਦੇ ਸਨ, ਜਦੋਂ ਕੋਈ ਰਾਹਗੀਰ ਜਾਂਦਾ ਸੀ ਉਹ ਕੁਛ ਨਾ ਕੁਛ ਪਾ ਜਾਂਦਾ ਸੀ ਉਹਨਾਂ ਨੂੰ। ਇਸ ਵੇਲੇ ਉਹ ਵੀ ਇਸ ਵੇਲੇ ਸੜਕਾਂ ਦੇ ਉੱਤੇ ਬੇਬਸ ਨਜ਼ਰ ਆ ਰਹੇ ਹਨ। ਜਿਸ ਤਰ੍ਹਾਂ ਪੰਜਾਬ ਸਰਕਾਰ ਸਮਾਜ ਸੇਵੀ ਜਥੇਬੰਦੀਆਂ ਲੋੜਵੰਦ ਲੋਕਾਂ ਨੂੰ ਰਾਸ਼ਨ ਪਹੁੰਚਾ ਰਹੀ ਹੈ, ਇਸ ਤਰ੍ਹਾਂ ਪਸ਼ੂਆਂ ਨੂੰ, ਬੇਸਹਾਰਾ ਪਸ਼ੂਆਂ ਨੂੰ ਹਰਾ ਚਾਰਾ ਅਤੇ ਇਹਨਾਂ ਲਈ ਵੀ ਕੁਛ ਨਾ ਕੁਛ ਖਾਣ ਪੀਣ ਦਾ ਪ੍ਰਬੰਧ ਕਰੇ।